ਮੈਂ ਭੂਸ਼ਣ ਸੂਦ, ਇੰਚਾਰਜ ਉਪ ਦਫ਼ਤਰ ਫਤਿਹਗੜ੍ਹ ਸਾਹਿਬ। ਸਰ ਕਾਕਾ ਰਣਦੀਪ ਸਿੰਘ ਜੀ ਜੋ ਚੌਥੀ ਵਾਰ ਅਮਲੋਹ ਹਲਕੇ ਤੋਂ ਵਿਧਾਇਕ ਚੁਣੇ ਗਏ ਨੇ, ਉਹਨਾਂ ਨੂੰ ਪੇਸ਼ ਕਰਦੇ ਹਾਂ ਆਪਣੇ ਸਮੂਹ ਦਰਸ਼ਕਾਂ ਦੇ ਰੂਬਰੂ। ਕਾਕਾ ਜੀ, ਸਭ ਤੋਂ ਪਹਿਲਾਂ ਅਸੀਂ ਅਜੀਤ ਬਾਈ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ, ਅਤੇ ਇਹਦੀ ਜਿਹੜੀ ਤੁਹਾਡੀ ਕਾਮਯਾਬੀ ਆ, ਇਹਦਾ ਕੀ ਰਾਜ ਹੈਗਾ? ਪਹਿਲਾਂ ਤਾਂ ਮੈਂ ਤੁਹਾਡਾ ਬੜਾ ਭਾਰੀ ਹਾਂ, ਰਿਣੀ ਹਾਂ ਭੂਸ਼ਣ ਜੀ। ਤੁਸੀਂ ਅਜੀਤ ਟੀ ਵੀ ਦੇ ਤਹਿਤ ਸਾਨੂੰ ਸੰਗਤਾਂ ਦੇ ਅਧੀਨ, ਪੰਜਾਬ ਦੇ ਲੋਕਾਂ ਦੇ ਅਧੀਨ ਰੂਬਰੂ ਕਰਨ ਦਾ ਮੌਕਾ ਦਿੱਤਾ। ਔਰ ਜਿਹੜਾ ਸਵਾਲ ਤੁਸੀਂ ਸਾਨੂੰ ਕੀਤਾ ਕਿ ਤੁਹਾਡਾ ਜਿੱਤ ਹਾਸਲ ਕਰਨ ਦਾ ਕੀ ਰਾਜ਼ ਹੈ, ਮੇਰਾ ਖਿਆਲ ਸਭ ਤੋਂ ਵੱਡਾ ਰਾਜ਼ ਜਿਹੜਾ ਰਿਹਾ ਲੋਕਾਂ ਦੀ ਤਾਕਤ ਹੈ, ਲੋਕਾਂ ਦਾ ਵਿਸ਼ਵਾਸ ਹੈ, ਔਰ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸ਼ਖਸੀਅਤ, ਆਪਣੀ ਕਾਬਲੀਅਤ ਹੈ, ਜਿਹਦੇ ਕਰਕੇ ਲੋਕਾਂ ਨੇ ਬੜੀ ਭਾਰੀ ਗਿਣਤੀ 'ਚ ਬਹੁਮਤ ਦੇ ਕੇ 77 ਸੀਟਾਂ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ 'ਚ ਪਾਈਆਂ ਹੋਣਗੀਆਂ। ਵਿਧਾਨ ਸਭਾ ਦੇ ਵਿੱਚ ਤੁਹਾਡਾ ਐਜ਼ ਵਿਧਾਇਕ ਕੀ ਰੋਲ ਰਹੂਗਾ ਜੀ? ਸਭ ਤੋਂ ਪਹਿਲਾਂ ਕਿਉਂਕਿ ਪਿਛਲੇ 10 ਸਾਲਾਂ 'ਚ ਬੜਾ ਅਮਲੋਹ ਨੇ ਸੰਕਟ ਝੱਲਿਆ, ਔਰ ਮੇਰਾ ਖਿਆਲ ਇੱਥੇ ਕਈ ਕੰਮ ਹੋਣ ਵਾਲੇ ਹਨ, ਇੰਨੇ ਕੰਮ ਹੋਣ ਵਾਲੇ ਹੈ ਕਿ ਅਸੀਂ ਗਿਣ ਵੀ ਨਹੀਂ ਸਕਦੇ ਉਂਗਲਾਂ 'ਤੇ। ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੋਊ ਕਿ ਘੱਟ ਤੋਂ ਘੱਟ ਅਮਲੋਹ ਨੂੰ ਜੋ ਉਹਦਾ ਹੱਕ ਬਣਦਾ ਸੀਗਾ ਪਿਛਲੇ 10 ਸਾਲਾਂ 'ਚ ਜੋ ਨਰਕ ਭੋਗਣਾ ਪਿਆ, ਉਹ ਤੋਂ ਅਸੀਂ ਮੁਕਤੀ ਲਿਆਈਏ, ਔਰ ਉਹਦੇ ਜਿਹੜੇ ਕਾਰਜ ਕਰਕੇ, ਜਿਵੇਂ ਤੁਹਾਡੇ ਬੱਸ ਅੱਡੇ ਦੀ ਸਮੱਸਿਆ, ਹਸਪਤਾਲਾਂ ਦੀ ਸਮੱਸਿਆ, ਨਸ਼ਿਆਂ ਤੋਂ ਮੁਕਤੀ ਕਰਾਉਣ ਦੀ ਸਮੱਸਿਆ ਹੈਗੀ, ਔਰ ਵਿਕਾਸ 'ਤੇ ਕੰਮ ਕਰਨ, ਸੜਕਾਂ ਨੂੰ ਬਣਾਉਣ ਦੀ ਲੋੜ ਹੈਗੀ, ਔਰ ਕਈ ਐਸੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਉਹਨੂੰ ਰਲ ਮਿਲ ਕੇ ਅਸੀਂ ਅਗਲੇ 5 ਸਾਲ ਦੇ ਸ਼ਾਸਨ ਦੇ ਦਰਮਿਆਨ ਇਹ ਕੰਮ ਮੁਕੰਮਲ ਕਰਾਂਗੇ, ਤਾਂ ਕਿ ਲੋਕ ਫਖਰ ਮਹਿਸੂਸ ਕਰ ਸਕਣ ਕਿ ਕਾਂਗਰਸ ਦੇ ਸ਼ਾਸਨ ਨੂੰ ਵੋਟ ਪਾ ਕੇ ਉਹਨਾਂ ਨੇ ਮਾਨ ਸਤਿਕਾਰ ਜਾਂ ਵਿਸ਼ਵਾਸ ਜਿਤਾਇਆ ਸੀ, ਉਸ ਵਿਸ਼ਵਾਸ ਨੂੰ ਅਸੀਂ ਬਰਕਰਾਰ ਰੱਖ ਸਕੀਏ। 5 ਕੋਈ ਇੱਦਾਂ ਦੀਆਂ ਤਰਜੀਹਾਂ ਜਿਹੜੀਆਂ ਪੰਜਾਬ ਵਾਸਤੇ, ਪੰਜਾਬ ਸਰਕਾਰ ਵਾਸਤੇ ਅਹਿਮ ਹੋਣ, ਤੁਹਾਡੇ ਵਿਚਾਰ ਦੇ ਮੁਤਾਬਕ ਉਹ ਕਿਹੜੀਆਂ ਨੇ? ਮੇਰਾ ਖਿਆਲ ਤੁਸੀਂ ਆਪ ਜਾਣਦੇ ਹੋ, ਸਾਡੇ ਚੋਣ ਮੈਨੀਫੈਸਟੋ 'ਚ ਬਕਾਇਦਾ ਜ਼ਿਕਰ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ। ਦੂਜੀ ਗੱਲ ਘਰ ਘਰ ਨੌਕਰੀ ਦੇਣ ਦਾ ਉਪਰਾਲਾ। ਤੀਜੀ ਗੱਲ ਨਸ਼ਿਆਂ ਤੋਂ ਮੁਕਤੀ ਪੰਜਾਬ ਨੂੰ ਕਰਾਉਣਾ। ਚੌਥੀ ਗੱਲ ਘੱਟ ਤੋਂ ਘੱਟ ਕਾਰੋਬਾਰ ਨੂੰ ਦੁਬਾਰਾ ਉਤਸ਼ਾਹਿਤ ਕਰਨਾ। ਪੰਜਵੀਂ ਗੱਲ ਜਿਹੜੇ ਵਿਕਾਸ 'ਤੇ ਕੰਮ ਰਹਿੰਦੇ, ਸੜਕਾਂ ਦੇ ਉਹ ਮੁਕੰਮਲ ਹੋਣ ਵਾਲੀਆਂ, ਤਾਂ ਕਿ ਲੋਕਾਂ ਨੂੰ ਜਿਹੜੇ ਸਰਕਾਰਾਂ ਦੇ ਮੇਨ ਮਕਸਦ ਹੁੰਦੇ ਨੇ ਉਹ ਪੂਰੇ ਕਰਕੇ। ਔਰ ਜਿਵੇਂ ਮੇਰੇ ਆਪਣੇ ਹਲਕੇ ਦੀ ਕੁਝ ਸਮੱਸਿਆ ਹੈ, ਹਸਪਤਾਲ ਦੀ ਸਮੱਸਿਆ ਹੈ, ਬੱਸ ਅੱਡੇ ਦੀ ਸਮੱਸਿਆ, ਇਹ ਸਾਰੀਆਂ ਮੁਕੰਮਲ ਕਰਨ ਦੀ ਲੋੜ ਹੈ, ਔਰ ਹੌਲੀ ਹੌਲੀ ਇੱਕ ਕਰਕੇ ਅਸੀਂ ਛੇੜ ਕੇ ਇਹਨਾਂ ਨੂੰ ਮੁਕੰਮਲ ਕਰਾਂਗੇ। ਪੰਜਾਬ ਸਰ ਇਸ ਟਾਈਮ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਜੀ, ਜਿਹੜੀਆਂ ਸਰਕਾਰ ਨੇ ਸਕੀਮਾਂ ਐਲਾਨ ਕਰੀਆਂ ਨੇ, ਤੁਹਾਡੇ ਮੁਤਾਬਕ ਉਹ ਕਿਸ ਤਰ੍ਹਾਂ ਜਾਣੀ ਕੰਪਲੀਟ ਹੋਣਗੀਆਂ? ਮੇਰਾ ਖਿਆਲ ਤੁਹਾਡੇ ਕੋਲ ਜਿਹੜੇ ਵੇਰਵੇ ਅੰਕੜੇ ਹਨ ਗਲਤ ਹੈ ਭੂਸ਼ਣ ਜੀ, ਕਿਉਂਕਿ ਅਸੀਂ 2 ਲੱਖ ਕਰੋੜ ਦੇ ਕਰਜ਼ਾਈ ਹੈ, ਔਰ 1600 ਕਰੋੜ ਰੁਪਇਆ ਹੁਣ ਮੰਡੀਕਰਨ ਬੋਰਡ ਨੂੰ ਗਹਿਣੇ ਰੱਖ ਕੇ ਕਰਜ਼ਾ ਲਿੱਤਾ ਸੀਗਾ, ਔਰ ਅਸੀਂ ਲਗਭਗ ਇੱਕ ਪ੍ਰਤੀ ਦਿਨ ਅਸੀਂ ਕੇਂਦਰ ਦੀ ਸਰਕਾਰ ਨੂੰ ਵਿਆਜ ਦੇ ਰੂਪ 'ਚ 10 ਕਰੋੜ ਰੁਪਇਆ ਦਿੰਦੇ ਹਾਂ ਸਰਕਾਰ ਚਲਾਉਣ ਲਈ। ਔਰ ਜਿਹੜੇ ਫੈਸਲੇ ਲਿੱਤੇ ਹਨਗੇ, ਤੁਸੀਂ ਬੜੀ ਸੋਚੀ ਸੰਜੀਵਨੀ ਨਾਲ ਦੇਖਿਆ ਹੋਣਾ, ਜ਼ਿਆਦਾ ਫੈਸਲੇ ਉਹ ਹੋਣਗੇ ਜਿਹੜੇ ਲੋਕਾਂ ਦੇ ਹਿੱਤਾਂ 'ਚ, ਇਹਨਾਂ 'ਚ ਜਿਹੜੀ ਫਾਈਨੈਂਸ਼ੀਅਲ ਰੈਗੂਲੈਰਿਟੀ ਹੈ ਉਹਨਾਂ 'ਚ ਘੱਟ ਹੈ, ਔਰ ਅਸੀਂ ਉਹ ਫੈਸਲੇ ਪਹਿਲਾਂ ਕਰਾਂਗੇ, ਕਿਉਂਕਿ ਅਗਲੇ 1.5 ਸਾਲ ਸਾਨੂੰ ਸੰਕਟ ਜ਼ਰੂਰ ਸਾਡੇ ਪੈਸਿਆਂ ਦੇ ਅਧੀਨ ਹੋਣਾ, ਕਿਉਂਕਿ ਖਜ਼ਾਨੇ ਖਾਲੀ ਪਏ ਹਨ। ਔਰ ਯਕੀਨਨ ਤੌਰ 'ਤੇ ਵਿਸ਼ਵਾਸ ਹੈ, ਜਿਵੇਂ ਪਿਛਲੀ ਵਾਰ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਵੇਲੇ ਤਕਰੀਬਨ 1.5 ਸਾਲ ਕੁ ਲੱਗਿਆ ਸੀ ਸਰਕਾਰ ਨੂੰ ਆਪਣੇ ਪੈਰਾਂ ਸਿਰ ਖੜਾਉਣ ਲਈ, ਉਦੋਂ ਅਸੀਂ 53,000 ਕਰੋੜ ਦਾ ਕਰਜ਼ਾ ਸਾਡੇ ਸੀ ਲਗਭਗ ਜਿੱਦਣ ਕੈਪਟਨ ਦਾ ਸ਼ਾਸਨ ਬਣਿਆ ਸੀਗਾ, ਔਰ ਉਸ ਤੋਂ ਬਾਅਦ ਅਗਲੇ 2.5 ਸਾਲਾਂ 'ਚ ਅਸੀਂ 64,000 ਕਰੋੜ 'ਤੇ ਕਰਜ਼ੇ ਚੜ ਗਏ ਸੀ, ਲੇਕਿਨ 7,000 ਕਰੋੜ ਰੁਪਇਆ ਅਖੀਰਲੇ ਸਾਲ 'ਚ ਅਸੀਂ ਘਟਾ ਕੇ, ਅਖੀਰਲੇ 1.5 ਸਾਲਾਂ 'ਚ ਘਟਾ ਕੇ ਲੋਕਾਂ 'ਚ ਕਾਰਜ ਕਰਕੇ ਦਿਖਾਇਆ ਸੀ, ਕਹਿਣੀ ਅਤੇ ਕਰਨੀ ਦੀ ਇੱਕ ਰਹੇ ਸੀਗੇ। ਔਰ ਮੈਨੂੰ ਪੂਰਨ ਵਿਸ਼ਵਾਸ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਆਖਰੀ ਚੋਣ ਹੈ, ਬਕਾਇਦਾ ਉਹਨਾਂ ਨੇ ਲੋਕਾਂ ਨੇ ਵਿਸ਼ਵਾਸ ਦੇ ਅਧੀਨ ਉਹਨਾਂ ਨੂੰ ਵੋਟਾਂ ਪਾਈਆਂ, ਆਪਣੀ ਕਿਉਂਕਿ ਉਹਨਾਂ ਨੇ ਚੰਗੇ ਕਰਮ ਕੀਤੇ, ਉਹਨੇ ਪਹਿਲੇ ਪੰਜਾਬ ਦੇ ਘਰਾਣੇ ਜਨਮ ਲਿੱਤਾ ਹੈ, ਔਰ ਇੱਕ ਆਪਣੀ ਅੱਛੀ ਛਵੀ ਛੱਡ ਕੇ ਜਾਣਾ ਚਾਹੁੰਦੇ ਹਨਗੇ, ਔਰ ਅੱਛੇ ਲੋਕਾਂ ਨੂੰ ਇੱਕ ਅੱਛਾ ਸ਼ਾਸਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨਗੇ, ਤਾਂ ਕਿ ਲੋਕਾਂ ਨੂੰ ਉਹਨਾਂ 'ਚ ਵਿਸ਼ਵਾਸ ਅਖੀਰਲੇ ਦਮ ਤੱਕ ਉਹਨਾਂ ਜਿਤਾਇਆ ਰਹੇ। ਅਤੇ ਅਖੀਰ 'ਚ ਤੁਸੀਂ ਹਲਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਅਜੀਤ ਟੀਵੀ ਦੇ ਤਹਿਤ ਭੂਸ਼ਣ ਜੀ ਇੱਕ ਵਾਰ ਫਿਰ ਅਮਲੋਹ ਹਲਕਾ ਵਾਸੀਆਂ ਦਾ ਦਿਲ ਦੀ ਗਹਿਰਾਈਆਂ 'ਚੋਂ ਕੋਟ-ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਵਾਰ ਫਿਰ ਮੇਰੇ 'ਚ ਵਿਸ਼ਵਾਸ ਜਿਤਾਇਆ, ਔਰ ਆਪਾਂ ਤਕੜੇ ਹੋ ਕੇ ਅਮਲੋਹ 'ਚ ਕੰਮ ਕਾਰਜ ਕਰਕੇ ਦਿਖਾਈਏ, ਇੱਕ ਸਾਫ਼ ਸੁਥਰਾ ਸ਼ਾਸਨ ਦੇ ਕੇ ਜਾਈਏ, ਤਾਂ ਕਿ ਲੋਕਾਂ ਨੂੰ ਇਸ ਦਾ ਰਾਹਤ ਮਿਲ ਸਕੇ, ਔਰ ਲੋਕਾਂ ਨੂੰ ਜਿਹੜਾ ਪਿਛਲੇ 10 ਸਾਲ ਦਾ ਸੰਕਟ ਭੋਗਣਾ ਪਿਆ ਉਸ ਤੋਂ ਮੁਕਤੀ ਮਿਲ ਸਕੇ, ਔਰ ਤੁਹਾਡੇ ਇਹਨਾਂ ਦੇ ਸਹਿਯੋਗ ਨਾਲ ਹੀ ਮੈਨੂੰ ਨੁਮਾਇੰਦਗੀ ਮਿਲੀ ਹੈ, ਔਰ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਅਸੀਂ ਮੁਕੰਮਲ ਕਰ ਸਕਾਂਗੇ। ਔਰ ਮੈਂ ਫਿਰ ਇੱਕ ਵਾਰ ਦਿਲ ਦੀ ਗਹਿਰਾਈਆਂ 'ਚ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਔਰ ਸਮੁੱਚੀ ਲੀਡਰਸ਼ਿਪ ਵੱਲੋਂ ਕੋਟ-ਕੋਟ ਧੰਨਵਾਦ ਅਮਲੋਹ ਹਲਕਾ ਵਾਸੀਆਂ ਦਾ ਕਰਦਾ, ਔਰ ਪੰਜਾਬ ਦੇ ਵਾਸੀਆਂ ਦਾ ਕਰਦਾ ਜਿਹਨਾਂ ਨੇ ਕੈਪਟਨ ਅਮਰਿੰਦਰ ਸਿੰਘ 'ਚ ਆਸ਼ਵਾਸਨ ਪਾਇਆ, ਜਿਤਾਇਆ, ਔਰ ਉਮੀਦ ਕਰਦੇ ਹਾਂ ਕਿ ਗਾਹਾਂ ਨੂੰ ਸਾਡਾ ਸੁਨਹਿਰੀ ਪੰਜਾਬ ਇੱਕ ਸੋਨੇ ਚਿੜੀਆ ਦੁਆਰਾ
पहचान बन सकूगी। धन्यवाद जी। भूषण सूद इंचार्ज उप दफ्तर फतेहगढ़ साहब।